ਤਤਿ ਜੀ ਗੱਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ 28 29 ਅਤੇ 30 ਮਾਰਚ ਕਿੰਨਾ ਤਿੰਨ ਦਿਨਾਂ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਅਗਲਾ ਜਿਹੜਾ ਸਿਸਟਮ ਆ ਰਿਹਾ ਉਹਦੇ ਚਲਦੇ ਮੀਂਹ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਕਦੋਂ ਤੋਂ ਦੇਖਣ ਨੂੰ ਮਿਲ ਸਕਦੀ ਹੈ ਬੱਦਲਬਾਹੀ ਕਦੋਂ ਰਹੇਗੀ ਤੇ ਮੌਸਮ ਕਦੋਂ ਤੱਕ ਸਾਫ਼ ਰਹੇਗਾ ਸੋ ਅੱਜ ਗੱਲ ਕਰੀਏ ਪਹਿਲਾਂ 28 ਮਾਰਚ ਦੀ ਤਾਂ ਅੱਜ ਦਾ ਮੌਸਮ ਫਿਲਹਾਲ ਠੀਕ ਠਾਕ ਬਣਿਆ ਰਹੂਗਾ ਕੁਝ ਹਲਕੀ ਫੁਲਕੀ ਬੱਦਲਵਾਈ ਪੱਛਮੀ ਪਾਸੇੋਂ ਪੰਜਾਬ ਦੇ ਉੱਪਰ ਦੀ ਗੁਜ਼ਰੇਗੀ। ਉਸ ਦੇ ਚੱਲਦੇ ਕੁਝ ਹਿੱਸਿਆਂ ਵਿੱਚ ਧੁੱਪ ਥੋੜੀ ਜਹੀ ਹਲਕੀ ਜਹੀ ਮੱਧਮ ਦੇਖਣ ਨੂੰ ਮਿਲ ਸਕਦੀ ਹੈ। ਪਰ ਇਸ ਬੱਦਲਵਾਈ ਦੇ ਚੱਲਦੇ ਕੋਈ ਮੀਂਹ ਦੇ ਅਸਰ ਜਾਂ ਮੌਸਮ ਦੇ ਵਿੱਚ ਗੜਬੜ ਹੋਣ ਦੇ ਸਾਰ ਅੱਜ 28 ਮਾਰਚ ਨੂੰ ਨਹੀਂ ਹੋਣਗੇ। ਮੌਸਮ ਠੀਕ-ਠਾਕ ਰਹੂਗਾ। ਹਵਾਵਾਂ ਜ਼ਿਆਦਾਤਰ ਉੱਤਰ-ਪੱਛਮ ਦੀ ਦਿਸ਼ਾ ਤੋਂ ਹੀ ਵਗਣਗੀਆਂ। ਕੱਲ 29 ਮਾਰਚ ਤੋਂ ਹਵਾਵਾਂ ਬਦਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਹਵਾਵਾਂ ਦਾ ਰੁਖ ਉੱਤਰ ਦਿਸ਼ਾਤ ਹੋ ਜਾਵੇਗਾ ਤੇ ਫਿਰ ਅਗਲੇ ਇਹਨਾਂ 29 ਤੋਂ ਬਾਅਦ 30 ਦੇ ਆਸ-ਪਾਸ ਜਾਂ 29 ਦੀ ਸ਼ਾਮ ਨੂੰ ਪੂਰਬੀ ਹਵਾਵਾਂ ਪੰਜਾਬ ਦੇ ਵਿੱਚ ਵਗਣ ਦੇ ਅਸਰ ਨੇ ਬਣੇ ਹੋਏ ਨੇ ਤੇ ਮੀਂਹ ਦੇ ਹਾਲਾਤ 29 ਮਾਰਚ ਨੂੰ ਵੀ ਥੋੜੇ ਜਿਹਾ ਘੱਟ ਹੀ ਹੋਣਗੇ ਕੁਝ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਟੁੱਟਵੀਂ ਬੱਦਲਵਾਈ ਬਣੇਗੀ ਉਹਦੇ ਚਲਦੇ ਹਲਕੇ-ਫੁਲਕੇ ਕਣੀਆਂ ਛਰਾਟੇ ਪੈ ਸਕਦੇ ਨੇ ਜਾਂ ਫਿਰ ਦੁਪਹਿਰ ਬਾਅਦ ਸ਼ਾਮ ਦੇ ਆਸ-ਪਾਸ ਜਾਂ ਰਾਤ ਨੂੰ ਮੀਂਹ ਦੀਆਂ ਗਤੀਵਿਧੀਆਂ ਥੋੜ੍ਹੀ ਜੀਆਂ ਕੁਝ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਤੇ 3 ਮਾਰਚ ਤੋਂ ਫਿਰ ਮੌਸਮ ਪੰਜਾਬ ਦਾ ਆਪਾਂ ਨੂੰ ਜ਼ਿਆਦਾਤਰ ਦਰਮਿਆਨੀ ਤੋਂ ਸੰਘਣੀ ਬੱਦਲਵਾਈ ਵਾਲਾ ਦੇਖਣ ਨੂੰ ਮਿਲੂਗਾ ਮੀਂਹ ਦੇ ਹਾਲਾਤ ਰਾਤ ਦੇ ਸਮੇਂ ਤੋਂ ਹੀ ਲੈ ਕੇ ਸਵੇਰ ਤੋਂ ਪੰਜਾਬ ਦੇ ਕਈ ਖੇਤਰਾਂ ਵਿੱਚ ਦਰਮਿਆਨੇ ਪੱਧਰ ਤੱਕ ਸ਼ੁਰੂ ਹੁੰਦੇ ਹੋਏ ਦੇਖਣ ਨੂੰ ਮਿਲ ਸਕਦੇ ਨੇ ਸੋ ਇਸ ਬੱਦਲਵਾਈ ਜਿਹੜਾ ਸਿਸਟਮ ਪਹੁੰਚ ਰਿਹਾ ਉਹਦਾ ਮੇਨ ਪ੍ਰਭਾਵ ਆਪਾਂ ਨੂੰ 29 ਦੀ ਸ਼ਾਮ ਰਾਤ ਤੋਂ ਲੈ ਕੇ 30 ਅਤੇ ਫਿਰ 31 ਮਾਰਚ ਤੱਕ ਦੇਖਣ ਨੂੰ ਮਿਲੇਗਾ 30 ਮਾਰਚ ਨੂੰ ਪੰਜਾਬ ਦੇ ਲਗਭਗ 30 ਤੋਂ ਲੈ ਕੇ 60% ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦਰਮਿਆਨੇ ਪੱਧਰ ਦੀਆਂ ਜਾਂ ਕੁਝ ਇੱਕ ਦੋ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਦਰਮਿਆਨੇ ਤੋਂ ਥੋੜਾ ਜਿਹਾ ਜ਼ਿਆਦਾ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਤੇ ਗੜੇਮਾਰੀ ਹੋਣ ਦੇ ਆਸਾਰ ਵੀ 30 ਅਤੇ 31 ਮਾਰਚ ਨੂੰ ਪੰਜਾਬ ਦੇ ਵਿੱਚ ਬਣੇ ਰਹਿਣਗੇ ਇਨ੍ਹਾਂ ਦਿਨਾਂ ਦੇ ਵਿੱਚ ਉੱਤਰ ਪੂਰਬੀ ਹਵਾਵਾਂ ਥੋੜੀ ਜੀ ਤੇਜ਼ ਗਰਫਤਾਰ ਤੇ ਵਗ ਸਕਦੀਆਂ ਨੇ ਅਤੇ ਕੁਝ ਇਲਾਕਿਆਂ ਵਿੱਚ ਤੇਜ਼ ਹਨੇਰੀ ਨੂਮਾ ਹਵਾਵਾਂ ਦੇ ਬੁੱਲੇ ਵੀ ਕੁਝ ਸਮੇਂ ਦੇ ਲਈ ਦੇਖਣ ਨੂੰ ਮਿਲ ਸਕਦੇ ਨੇ ਗਰਜ ਚਮਕਦੇ ਹਾਲਾਤ ਵੀ ਪੰਜਾਬ ਦੇ ਵਿੱਚ ਬਣੇ ਰਹਿਣਗੇ ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਮੀਂਹ ਦੀ ਜਿਹੜਾ ਸ਼ੁਰੂਆਤ ਹੈ ਸਿਸਟਮ ਦੇ ਨਾਲ ਉਹ ਆਪਾਂ ਨੂੰ 29 ਤਰੀਕ ਸ਼ਾਮ ਰਾਤ ਤੇ 30 ਦੀ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗੀ ਤੇ ਇਸ ਦੇ ਵਿੱਚ ਜੇਕਰ ਜ਼ਿਲ੍ਹਿਆਂ ਦੀਆਂ ਇਲਾਕਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਲਗਭਗ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਜਿਹੜੀ ਦੇਖਣ ਨੂੰ ਮਿਲੇਗੀ ਪੰਜਾਬ ਦੇ ਲਗਭਗ 90-95% ਲਗ ਕੇ ਜਿਹੜੇ ਬੱਦਲਵਾਈ ਹੜਕ ਪਰੋਣਗੇ ਤੇ ਉਹਨਾਂ ਵਿੱਚ ਮੀਂਹ ਦੇ ਹਾਲਾਤ ਵੀ ਦੇਖਣ ਨੂੰ ਮਿਲਣਗੇ ਹਲਕੀ ਫੁਲਕੀ ਬਰਸਾਤ ਤਾਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ 31 ਮਾਰਚ ਤੱਕ ਤੇ ਕੁਝ ਖੇਤਰਾਂ ਵਿੱਚ ਦਰਮਿਆਨੀ ਬਰਸਾਤ ਹੋ ਸਕਦੀ ਹੈ ਜਿਵੇਂ ਪੰਜਾਬ ਦੇ ਕੁਝ ਦੱਖਣ ਪੱਛਮੀ ਹਿੱਸੇ ਹੋਗੇ ਪੱਛਮੀ ਸਰਹੱਦੀ ਜ਼ਿਲ੍ਹੇ ਮਾਝੇ ਦਾ ਖੇਤਰ ਹੋਗਾ ਨਾਲ ਲੱਗਦੇ ਕੁਝ ਦੁਆਬੇ ਦੇ ਭਾਗ ਹੋਗੇ ਸੋ ਇਹਨਾਂ ਭਾਗਾਂ ਦੇ ਵਿੱਚ ਦਰਮਿਆਨੇ ਤੋਂ ਥੋੜੀ ਜਿਹੀ ਜ਼ਿਆਦਾ ਬਰਸਾਤ ਹੋਣ ਦੇ ਵੀ ਚਾਂ ਬਾਕੀ ਅਗਲੇ ਦਿਨਾਂ ਦੇ ਵਿੱਚ ਜਿਵੇਂ ਵੀ ਨਵੀਂ ਅਪਡੇਟ ਆਉਂਦੀ ਹੈ ਮੀਂਹ ਦੇ ਹਾਲਾਤ ਵਾਧਦੇ ਘਟਦੇ ਹਨ ਉਹ ਸਾਰੀ ਅਪਡੇਟ ਆਪ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਕਰਦੇ ਰਹਿਾਂਗੇ ਸੋ ਉਦੋਂ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਜੀ